ਤੁਸੀਂ ਜੁੜ ਚੁੱਕੇ ਹੋ ਪਿਆਰੇ ਦਰਬਾਰ ਨਿਊਜ਼ ਨਾਲ। ਤਸਵੀਰਾਂ ਦਿਖਾ ਰਹੇ ਹਾਂ ਸਿਰਸਾ ਤੋਂ 19, 22, 23, 24 ਅਤੇ 25 ਨੰਬਰ ਵਾਰਡ ਬਹੁਤ ਪਰੇਸ਼ਾਨ ਹੈ ਪਾਣੀ ਨੂੰ ਲੈ ਕੇ। ਲੋਕਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਪੀਣ ਵਾਲਾ ਪਾਣੀ ਵੀ ਮੁਹੱਈਆ ਨਹੀਂ ਹੋ ਰਿਹਾ। ਟਿਊਬਵੈੱਲ ਨੂੰ ਲੈ ਕੇ ਬਹੁਤ ਪ੍ਰੋਬਲਮ ਚੱਲ ਰਹੀ ਹੈ। ਟਿਊਬਵੈੱਲ ਦੀ ਸਫਾਈ ਨੂੰ ਜਦੋਂ ਲੋਕ ਬੇਨਤੀ ਕਰਦੇ ਨੇ ਤਾਂ ਟਿਊਬਵੈੱਲ ਦੀ ਸਫਾਈ ਨਹੀਂ ਕਰਨ ਦਿੱਤੀ ਜਾ ਰਹੀ ਅਤੇ ਟਿਊਬਵੈੱਲ ਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ। ਲੋਕ ਬਹੁਤ ਪਰੇਸ਼ਾਨ ਨੇ ਅਤੇ ਅੱਜ ਪਹੁੰਚੇ ਨੇ ਡੀਸੀ ਸਾਹਿਬ ਦੇ ਦੁਆਰ। ਛੁੱਟੀ ਵਾਲਾ ਦਿਨ ਹੈ ਲੇਕਿਨ ਜਨਤਾ ਇੰਨੀ ਪਰੇਸ਼ਾਨ ਹੈ ਕਿ ਛੁੱਟੀ ਵਾਲੇ ਦਿਨ ਵੀ ਅੱਜ ਇੱਕ ਗਿਆਪਨ ਦੇਣ ਪਹੁੰਚੇ ਨੇ ਡੀਸੀ ਸਾਹਿਬ ਨੂੰ ਆਪਣੀਆਂ ਸਮੱਸਿਆ ਨੂੰ ਲੈ ਕੇ। ਗੱਲ ਕਰਵਾਉਂਦੇ ਹਾਂ 22 ਨੰਬਰ ਪਾਰਸ਼ਦ ਰਿੰਕੂ ਐਮ ਸੀ ਪ੍ਰਤੀਨਿਧੀ ਨਾਲ ਅਤੇ ਜਾਣਦੇ ਹਾਂ ਕਿ ਉਹਨਾਂ ਦੀ ਵਾਰਡ ਦੀ ਹੋਰ ਕੀ ਸਮੱਸਿਆ। ਜੈ ਹਰਦਾਸ ਸਿੰਘ ਤੂਰ, ਪ੍ਰਤੀਨਿਧੀ ਵਾਰਡ ਨੰਬਰ 22। ਇਸ ਟੂਲ ਮੇ ਜਿਤਨੀ ਗੰਦੀ ਰਾਜਨੀਤੀ ਕਰ ਰਹੇ ਹੈ ਲੋਕ, ਯੇ ਨਹੀਂ ਕਰਨੀ ਚਾਹੀਏ। ਯੇ 3 ਮਹੀਨੇ ਸੇ ਯੇ ਟੂਲ ਬੰਦ ਪੜਾ ਹੈ। ਕਭੀ ਆਜ ਚਾਲੂ ਕਰ ਦਿਆ, ਕਭੀ ਪਰਸੋਂ, ਕਭੀ ਕੱਲ, ਕਭੀ ਆ, ਯੇ 1 ਘੰਟਾ ਚਲਾ ਦਿਆ, 2 ਘੰਟੇ ਚਲਾ ਦਿਆ। ਕੋਈ ਚਲਵਾਤੇ ਹੈ ਕਹਿ ਕਵਾ ਕੇ, ਫਿਰ ਉਹ ਕੁਛ ਲੋਕ ਐਸੇ ਹੈ ਜੋ ਬੰਦ ਕਰਵਾ ਦਿੱਤੇ ਹੈ। ਐਸਾ ਨਾ ਕਰੇ, ਲੋਕੋ ਕੋ ਪਾਣੀ ਪੀਣੇ ਦੇ, ਆਪਣੀ ਰਾਜਨੀਤੀ ਕਰਨੀ ਤੋ ਕਹੀਂ ਹੋਰ ਜਾ ਕੇ ਕਰੇ। ਇਸ ਵਾਰਡ ਨੰਬਰ 22 ਸਿੱਖ ਕੇ ਸਾਥ ਅਨਿਆਏ ਨਾ ਕਰੇ, ਸੁਤੇਲਾ ਵਿਵਹਾਰ ਨਾ ਕਰੇ। ਬੁੱਢੀ ਬੁੱਢੀ ਔਰਤਾਂ ਹੈ, ਪਾਣੀ ਭਰਨੇ ਮੇਂ ਇਤਨੀ ਦਿੱਕਤ ਆਤੀ ਹੈ, ਰਾਤ ਕੋ 2 ਵਜੇ ਉੱਠ ਕੇ ਪਾਣੀ ਭਰਤੇ ਹਮ। ਸੁਬਹ ਜੋ ਦੂਸਰੇ ਟੂਲ ਕੇ ਹੈ ਵੋ ਆਪਣੇ ਟੂਲੋਂ ਕੀ ਸਪਲਾਈ ਦਿੱਤੇ ਹੈ, ਰਾਤ ਕੋ ਹਮੇਂ ਦਿੱਤੇ ਹੈ 2 ਵਜੇ, 12 ਸੇ 2। 2 ਵਜੇ ਉੱਠ ਕੇ ਬੁੱਢੀ ਔਰਤਾਂ ਪਾਣੀ ਭਰਤੀ ਹੈ। ਐਸੀ ਗੰਦੀ ਰਾਜਨੀਤੀ ਨਾ ਕਰੇ ਜੋ ਲੋਕੋ ਕੋ ਪਾਣੀ ਆਨੇ ਦੇ, ਸੁਤੇਲਾ ਵਿਵਹਾਰ ਹਮਾਰੇ ਸਾਥ ਨਾ ਕਰੇ। ਹਾਂ, ਸਮੱਸਿਆ ਇਹ ਆਈ ਹੈ ਪਾਣੀ ਦੀ, 4 ਮਹੀਨੇ ਹੋ ਗਏ ਪਾਣੀ ਨਹੀਂ ਆਉਂਦਾ ਜੀ। ਹਾਂ, 22 ਨੰਬਰ ਵਾਰਡ ਬਹੁਤ ਦੁਖੀ ਆ, 12 ਵਜੇ ਤੀ ਪਾਣੀ ਭਰਦੇ ਆ ਜੀ, 4 ਮਹੀਨੇ ਹੋ ਗਏ ਤੜਫਾਰ ਕੇ ਸਾਨੂੰ ਪਾਣੀ ਨਹੀਂ ਦਿੰਦੇ। ਹਾਂ, ਵਿਆਹ ਸ਼ਾਦੀ ਵੀ ਰੁਕ ਰਹੀ ਹੈ ਹਮਾਰੇ, ਸੁਣਦੀ ਅਸੀਂ ਗਰੀਬ, ਵਿਆਹ ਸ਼ਾਦੀ ਵੀ ਨਹੀਂ ਕਰ ਰਹੇ, ਲੜਕੀਆਂ ਦੀ ਸ਼ਾਦੀ ਵੀ ਰੁਕ ਰਹੀ ਹੈ, ਰਿਸ਼ਤੇਦਾਰ ਫੋਨ ਕਰੇ ਸਭ ਨੇ ਆ ਜੋੜ ਕੇ ਸਾਥ ਲੈ ਜੋੜ ਕੇ ਸਾਡੀ। ਹਾਂ, ਸਮੱਸਿਆ ਇਹ ਹੈ ਦੋਨੋਂ ਵਾਰ ਦਾ ਪਾਣੀ ਨਹੀਂ ਆ ਰਹਾ, ਕਿਸੇ ਵੀ ਤਰੀਕੇ ਮੈਂ ਪਾਣੀ ਚਾਹੀਏ, ਹਮ ਕਿਸੇ ਚੋਂ ਲੜ ਲੜ ਕੇ ਪੂਰੇ ਨਹੀਂ ਉਤਰਤੇ, 4 ਮਹੀਨੇ 4 ਮਹੀਨੇ ਲੱਗਿਆ ਜੀ, ਥੱਲੋ ਟੂਲ ਚ ਭਰਦੇ ਆ ਪਾਣੀ, ਬਾਲਟੀਆਂ ਲਾ ਲਾ ਕੇ ਰੋਟੀ ਆਪਣੇ ਆਪ ਹੀ ਪਤਾ ਚਲ ਜਾਏਗਾ ਡੀਸੀ ਸਾਹਿਬ ਕੋ, ਜੋ ਦੁਸ਼ਮਣ ਬਣ ਰਹੇ ਜੋ ਚੱਲ ਰਿਹਾ ਪਾਣੀ ਉਸਕੋ ਵੀ ਬੰਦ ਕਰਾ ਰਹੇ, ਹਮਾਰਾ ਟੂਬਲ ਵੀ ਨਹੀਂ ਸਾਫ ਹੋਣੇ ਦੇ ਰਹੇ ਜੋ ਖੁਦਵਾਇਆ ਗਿਆ ਸਾਡੀ ਗਲੀ ਚ, ਤਾਂ ਬਹੁਤ ਜ਼ਿਆਦਾ ਪਾਣੀ ਬੰਦ ਕਰ ਦੋ ਦੀ ਸਮੱਸਿਆ ਨਹੀਂ ਜੀ, ਕਾ ਬੰਦ ਕਰਵਾ ਗਿਆ ਉਹਨਾਂ ਦਾ ਘਰੇ ਵਿਆਹ ਹੈ। ਡੀਸੀ ਸਾਹਿਬ ਜੀ ਕੋ ਧੰਨਵਾਦ, ਠੀਕ ਹੈ, ਔਰ ਮਾਰੇ ਵਿਆਹ ਰੁਕ ਰਹੇ ਹੈ, ਔਰ ਹਮਾਰਾ ਬਸ ਮਾਰੇ ਰੁਕ ਰਹੇ ਹੈ ਵਿਆਹ, ਇੰਨੀ ਪਬਲਿਕ ਦੁਖੀ ਹੋ ਰਹੀ ਹੈ ਪਾਣੀ ਤੋਂ, ਉਹਨਾਂ ਦਾ ਵੀ ਤਾਂ ਸੋਚਣ। ਹਾਂ, ਬਸ ਹਮਾਰੀ ਰਿਕੁਐਸਟ ਮਾਨੀ ਜਾਏ ਡੀਸੀ ਸਾਹਿਬ ਕੋ, ਬਸ ਆ ਜੋੜ ਕੇ ਬੇਨਤੀ ਯਹੀ ਹੈ। ਹਮ ਐਸੇ ਹੈ ਜੀ, ਵਾਰਡ ਨੰਬਰ 21, 22, 23, 24 ਔਰ 19, ਹਮ ਵਾਰਡ ਵਾਸੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਪਾਣੀ ਕੇ ਲਈ। 3 ਮਹੀਨੇ ਸੇ ਹਮਾਰੇ ਯਹਾਂ ਪਾਣੀ ਬੰਦ ਹੋ ਰਹਾ ਹੈ। ਇੱਕ ਪਹਿਲੇ ਟਿਊਬਵੈੱਲ ਲਗਾ ਹੁਆ ਥਾ, ਵੋ ਟਿਊਬਵੈੱਲ ਫੇਲ ਹੋ ਗਿਆ, ਇਸ ਲਈ ਡੀ ਸੀ ਮਹੋਦਯ ਨੇ ਦੁਬਾਰਾ ਜਗ੍ਹਾ ਦੇਖ ਕਰਕੇ ਔਰ ਹਮੇਂ ਨਯਾ ਟਿਊਬਵੈੱਲ ਬਣਾਉਣੇ ਕੀ ਇਜਾਜ਼ਤ ਦੇ ਦੀ। ਨਯਾ ਟਿਊਬਵੈੱਲ ਬਣ ਚੁੱਕਾ, ਤਿਆਰ ਵੀ ਹੋ ਚੁੱਕਾ, ਬੋਰ ਵੀ ਹੋ ਚੁੱਕਾ, ਅਬ ਉਸਕਾ ਪਾਣੀ ਸਾਫ ਕਰਨੇ ਕੇ ਲੀਏ ਸ਼ਹਿਰ ਕੇ ਅੰਦਰ ਪਾਣੀ ਹਮ ਨਿਕਾਲ ਰਹੇ ਹੈ ਔਰ ਪਾਣੀ ਨਿਕਲ ਰਹਾ ਹੈ। ਸਿਰਫ ਕੁਛ ਲੋਕ ਐਸੇ ਹੈ ਜੋ ਉਸ ਪਾਣੀ ਕੋ ਬੰਦ ਕਰਵਾਉਣਾ ਚਾਹਤੇ ਹੈ, ਕਿਉਂਕਿ ਉਹ ਕਹਤੇ ਜੀ ਹਮਾਰੇ 9 ਤਾਰੀਖ ਕੀ ਸ਼ਾਦੀ ਹੈ, ਸ਼ਾਦੀ ਕੇ ਬਾਅਦ ਇਸਕੋ ਚਲਾਉਣਾ। ਹਮ 3 ਮਹੀਨੇ ਸੇ ਪਹਿਲੇ ਪਰੇਸ਼ਾਨ, ਪੀਣੇ ਕੇ ਲੀਏ ਪਾਣੀ ਨਹੀਂ ਹਮਾਰੇ ਪਾਸ ਮੇਂ, ਪਸ਼ੂ ਹਮਾਰੇ ਦੁੱਖ ਪਾ ਰਹੇ ਹੈ, ਪਸ਼ੂਓ ਕੇ ਲੀਏ ਪਾਣੀ ਨਹੀਂ, ਹਮੇ ਪੀਣੇ ਕੇ ਲੀਏ ਪਾਣੀ ਨਹੀਂ, ਔਰ ਕੁਛ ਲੋਕ ਜੋ ਰਾਜਨੀਤੀ ਕਰ ਕਰਕੇ ਉਸ ਪਾਣੀ ਕੋ ਹਮਾਰੇ ਕੋ ਬੰਦ ਕਰਵਾ ਰਹੇ ਹੈ, ਇਸ ਲਈ ਬੜੇ ਪਰੇਸ਼ਾਨ। ਹਮ ਡੀ ਸੀ ਮਹੋਦਯ ਸੇ ਰਿਕੁਐਸਟ ਕਰਨੇ ਕੇ ਲੀਏ ਆਏ ਸੇ ਕਿ ਹਮੇਂ ਜੀ ਪਾਣੀ ਕੀ ਸਪਲਾਈ ਦੁਬਾਰਾ ਦੀ ਜਾਏ। ਅਭੀ ਅੰਦਰ ਐਪਲੀਕੇਸ਼ਨ ਦੀ ਹੈ, ਉਹਨਾਂ ਡੀ ਸੀ SDM ਸਾਹਿਬ ਕੋ ਮਾਰਕ ਕੀਆ ਹੈ, ਅਬ ਦੇਖੋ ਕਿਆ ਹੋਤਾ ਹੈ ਕਿਆ ਨਹੀਂ।